ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਆਪਣੇ ਮੰਗਾਂ ਨੂੰ ਲੈ ਕੇ ਅਤੇ ਅਦਾਲਤੀ ਚਾਰ ਦੀਵਾਰੀ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਅੱਜ ਕੋਈ ਵੀ ਕੰਮ ਕਾਜ ਨਹੀਂ ਮਨਾਇਆ ਗਿਆ, ਜਿਸ ਦੌਰਾਨ ਵਕੀਲਾਂ ਨੇ ਪ੍ਰਿੰਸੀਪਲ ਐਡਵੋਕੇਟ ਅਦਿੱਤਿਆ ਜੈਨ ਅਤੇ ਸਾਬਕਾ ਪ੍ਰਧਾਨ ਐਡਵੋਕੇਟ ਆਰ ਕੇ ਕਚਹਿਰੀ ਕੰਪਲੈਕਸ ਅਤੇ ਲਾਇਬ੍ਰੇਰੀ ਦੀ ਹਾਲਤ ਕਾਫੀ ਤਰਸਯੋਗ ਹੈ, ਬਾਥਰੂਮਾਂ ਦਾ ਬੁਰਾ ਹਾਲ ਹੈ, ਕਈ ਥਾਵਾਂ ਤੇ ਇਮਾਰਤਾਂ ਵੀ ਖਸਤਾ ਹੋ ਰਹੀਆਂ ਹਨ ਅਤੇ ਸਫਾਈ ਦਾ ਵੀ ਕੋਈ ਪੁਖਤਾ ਪ੍ਰਬੰਧ ਨਹੀਂ ਹੈ, ਜਿਸ ਕਾਰਨ ਉਹਨਾਂ ਦੇ ਨਾਲ ਨਾਲ ਕਚਹਿਰੀ ਚੌਂਕ ਨੇੜੇ ਸਥਿਤ ਕਚਹਿਰੀ ਨੂੰ ਵੀ ਅਦਾਲਤੀ ਚੌਂਕ ਵਿੱਚ ਤਬਦੀਲ ਕੀਤਾ ਜਾਵੇ। ਪੰਜਾਬ ਦੇ ਉਕਤ ਮੁੱਖ ਮੰਤਰੀ ਨੂੰ ਜਾਂ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਅਤੇ ਸਮੱਸਿਆ ਦਾ ਹੱਲ ਕਰਵਾਉਣਾ ਚਾਹੀਦਾ ਹੈ, ਜਾਂ ਫਿਰ ਖੁਦ ਅਦਾਲਤੀ ਕੰਪਲੈਕਸ ਵਿੱਚ ਆ ਕੇ ਸਥਿਤੀ ਦਾ ਜਾਇਜ਼ਾ ਲੈਣਾ ਚਾਹੀਦਾ ਹੈ। ਜਲੰਧਰ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ, ਉਸ ਪ੍ਰੈਸ ਕਾਨਫਰੰਸ ਵਿੱਚ ਅਸੀਂ ਸੀਐਮ ਸਾਹਿਬ ਨੂੰ, ਪੀਡਬਲਿਊਡੀ ਆਫਿਸਰਸ ਨੂੰ ਰਿਕੁਐਸਟ ਕੀਤੀ ਸੀ ਕਿ ਸਾਡੀਆਂ ਕੁਛ ਪਰੇਸ਼ਾਨੀਆਂ ਨੇ ਬਾਹਰ ਦੀਆਂ। ਪਹਿਲੀ ਪਰੇਸ਼ਾਨੀ ਹੈ ਕਿ ਜਿਹੜੀ ਜੁਵਲਾਈਨ ਕੋਰਟ ਹੈ ਉਹ ਬਹੁਤ ਦੂਰ ਹੈ, ਉਹ ਹੈਗੀ ਹੈ ਕਪੂਰਥਲਾ ਚੌਂਕ ਤੋਂ। ਉਹ ਜਿਹੜੀ ਜੁਵਲਾਈਨ ਕੋਰਟ ਹੈ, ਅਸੀਂ ਰਿਕੁਐਸਟ ਕੀਤੀ ਸੀ ਕਿ ਉਹ ਤਹਿਸੀਲ ਕੋਰਟ ਕੰਪਲੈਕਸ ਵੀ ਲੈ ਕੇ ਆਈ ਜਾਏ। ਸੈਕਿੰਡ, ਅਸੀਂ ਇੱਕ ਰਿਕੁਐਸਟ ਕੀਤੀ ਸੀ ਕਿ ਜਿਹੜੀ ਇਹ ਬਿਲਡਿੰਗ ਹੈ ਇਹ ਜਿਹੜੀ ਹੈ ਇਹਦੀ ਡਿਲਬਿਲਿਟੀ ਕੰਡੀਸ਼ਨ ਹੈ, ਇਹਦੀ ਆਪਾਂ ਕੰਡੀਸ਼ਨ ਦੇਖਾਂਗੇ ਕਿ ਇਹਦੀ ਡੈਂਪਨੈਸ ਹੈ, ਪੇਂਟ ਹੋਣ ਵਾਲਾ ਹੈ, ਬਾਥਰੂਮ ਦੀ ਕੰਡੀਸ਼ਨ ਬਹੁਤ ਹੀ ਬੁਰੀਆਂ ਨੇ, ਦਰਵਾਜ਼ੇ ਟੁੱਟੇ ਹੋਏ ਨੇ, ਮੋਰ ਓਵਰ ਜਿਹੜੇ ਹੈ ਏਸੀ ਵੀ ਨਹੀਂ ਚੱਲ ਰਹੇ ਹੈਗੇ ਨੇ, ਕੋਰਟ ਰੂਮਸ ਦੇ ਫੈਨਸ ਵੀ ਨਹੀਂ ਚੱਲ ਰਹੇ ਹੈਗੇ ਨੇ। ਜਿਹੜੀ ਇਹ ਕੰਡੀਸ਼ਨਾਂ ਹੈ ਉਹ ਬਿਲਕੁਲ ਵੀ ਜਿਹੜੀ ਹੈ ਵਰਕਿੰਗ ਇਨਵਾਇਰਮੈਂਟ ਬਿਲਕੁਲ ਵੀ ਨਾ ਹੀ ਸੇਫ ਹੈ ਔਰ ਨਾ ਹੀ ਹਾਈਜੈਨਿਕ ਹੈ। ਸੈਕਿੰਡਲੀ, ਇੱਥੇ ਜੇ ਬਾਰਿਸ਼ਾਂ ਹੁੰਦੀਆਂ ਨੇ, ਇਸ ਜਗ੍ਹਾ 'ਤੇ ਅਸੀਂ ਤੁਸੀਂ ਖੜ੍ਹੇ ਹੋ ਉੱਥੇ ਇੰਨਾ ਕੁ ਪਾਣੀ ਇਕੱਠਾ ਹੋ ਜਾਂਦਾ ਕਿ ਤੁਸੀਂ ਈਵਨ ਕੋਰਟ ਕੰਪਲੈਕਸ ਗੇਟ ਤੋਂ ਨਹੀਂ ਆ ਸਕਦੇ। ਸਾਡੀ ਬਹੁਤ ਪੁਰਾਣੀ ਡਿਮਾਂਡ ਹੈ ਜਿੱਦਾਂ ਡਿਸਪੈਂਸਰੀ ਦੀ, ਐਂਬੂਲੈਂਸ ਦੀ, ਕਿਉਂਕਿ ਇੱਥੇ 10,000 ਬੰਦਿਆਂ ਦਾ ਫੁੱਟਫਾਲ ਹੈ। ਉਹ ਸਾਰੀ ਰਿਕੁਐਸਟ ਪੂਰੀ ਹੈ, ਅਸੀਂ ਕਾਨਫਰੰਸ ਵੀ ਕੀਤੀ ਹੈ ਪਰ ਨਾ ਹੀ ਸੀਐਮ ਸਾਹਿਬ ਨੇ ਸਾਨੂੰ ਬੁਲਾਇਆ ਗੱਲਬਾਤ ਕਰਨ ਲਈ, ਨਾ ਹੀ ਪੀਡਬਲਿਊਡੀ ਡਿਪਾਰਟਮੈਂਟ ਤੋਂ ਕੋਈ ਆਇਆ ਹੈ। ਉਹਦੇ ਰਿਗਾਰਡਿੰਗ ਅਸੀਂ ਜਿਹੜੀ ਹੈ ਅੱਜ ਜਿਹੜਾ ਹੈ ਨੋ ਵਰਕ ਡੇ ਕੀਤਾ ਹੈ ਔਰ ਅਸੀਂ ਫਿਰ ਸੀਐਮ ਸਾਹਿਬ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਸਾਨੂੰ ਟਾਈਮ ਦਿਓ ਜਾਂ ਬਾਹਰ ਵਿੱਚ ਆਉਣ ਔਰ ਸਾਡੀ ਮੁਸ਼ਕਿਲਾਂ ਨੂੰ ਦੇਖਣ ਆ ਕੇ ਸਾਰੀਆਂ।